ਅਸਲਾਮ ਵਾਲੇਕੁਮ, ਕੀ ਹਾਲ ਹੈ ਤੁਹਾਡੇ ਸਾਰਿਆਂ ਦਾ? ਮੀਤ ਕਰਨਾ, ਤੁਸੀਂ ਸਰ ਠੀਕ ਠਾਕ ਹੋਗੇ, ਫਿੱਟ ਹੋਗੇ, ਵਧੀਆ ਹੋਗੇ ਅਤੇ ਬੜੀ ਮਜ਼ੇ 'ਚ ਹੋਗੇ ਅੱਜ ਦਾ ਵਲੋਗ ਕਰਦੇ ਹਾਂ। ਸ਼ੁਰੂ ਵਲੋਗ ਸ਼ੁਰੂ ਹੋਣ ਤੋਂ ਪਹਿਲਾਂ ਆਪਣਾ ਚੈਨਲ ਮਾਵੀ ਪਿੰਡ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰੋ। ਸਬਸਕ੍ਰਾਈਬ ਕਰਕੇ ਦੱਸੇ ਵਲੋਗ ਕੈਸਾ ਲੱਗਾ, ਕਮੈਂਟ ਕਰਕੇ। ਸੁਬਾਹ ਸੁਬਾਹ ਦਾ ਟਾਈਮ ਹੈ, ਨਾਸ਼ਤਾ ਸਾਡਾ ਆ ਗਿਆ। ਨਾਸ਼ਤੇ 'ਚ ਚਾਹ ਅਤੇ ਸੂਪ ਕੁੜ ਬਿਸਕੁਟ ਨੇ ਖਾ ਕੇ ਅਤੇ ਨਿਕਲਨੇ ਆ। ਅੱਜ ਦਾ ਸਫ਼ਰ ਕਿੱਧਰ ਨੂੰ? ਰਾਏ ਰਾਏ ਨਹੀਂ, ਬਾਬਲਪੁਰ ਜਾਣਾ ਜੀ। ਬਾਬਲਪੁਰ ਅੱਜ ਅਸੀਂ ਇੱਥੋਂ ਨਿਕਲਣਾ ਬਾਬਲਪੁਰ, ਕੱਲ੍ਹ ਅਸੀਂ ਇੱਥੇ ਹੀ ਰਹੇ ਹਾਂ ਛੋਟਾ ਬਸ ਹੀ। ਬਾਕੀ ਅੱਜ ਦਾ ਵਿਊ ਚੈੱਕ ਕਰੋ। ਬਾਕੀ ਨਾਸ਼ਤਾ ਕਰਕੇ ਨਹਾ ਕੇ ਕੱਪੜੇ ਛੱਪੜੇ ਬਦਲ ਕੇ ਫਿਰ ਇੱਥੋਂ ਨਿਕਲਣੇ ਆ। ਬਾਬੇ ਨੇ ਤਾਂ ਨਹੀਂ ਨਹਾਉਣਾ, ਇਹਨੇ ਤਾਂ 7 ਦਿਨ ਅੰਜੀ ਰਹਿਣਾ। ਚਾਹੇ ਤਾਂ ਟਾਈਮ ਤਕਰੀਬਨ 10:30 ਦਾ ਹੋ ਗਿਆ ਜੇ, ਅਤੇ ਹੁਣ ਜਿਹੜਾ ਨਹੀਂ ਸਾਰਿਆਂ ਇੱਥੋਂ ਨਹਾ ਛਾ ਕੇ ਨਿਕਲਣਾ, ਇੱਥੋਂ ਜਾਣਾ ਅਸੀਂ ਬਾਬਲਪੁਰ ਦਾ ਸਫ਼ਰ ਆ ਸਾਡਾ। ਬਾਬਲਪੁਰ ਤੱਕ ਉੱਥੇ ਜਾ ਕੇ ਜਿਹੜਾ ਨਹੀਂ ਸ਼ੁਕਰ ਮੇਲਾ ਲਾਵਾਂਗੇ, ਜਿਹੜਾ ਨਹੀਂ ਨਹਾ ਕੇ ਜਲਦੀ ਜਲਦੀ ਰੈਡੀ ਸ਼ੈਡੀ ਹੋ ਕੇ ਨਿਕਲਣੇ, ਜਾਂ ਅੱਜ ਹੀ ਉਹਦੇ ਨਿਕਲਣਾ ਜੀਪ ਰੈਲੀ ਵਾਸਤੇ ਜਾਂ ਕੱਲ੍ਹ ਨਿਕਲਣਾ ਜੀਪ ਰੈਲੀ ਦਾ ਸਫ਼ਰ। ਇਨਸ਼ਾਅੱਲਾ ਬੜਾ ਮਜ਼ੇਦਾਰ ਹੋਏਗਾ। ਉਬਰ ਦੇ ਵਲੋਗ ਸਾਰੇ ਵੇਖਿਓ ਤੁਸੀਂ, ਕਿਉਂ ਜੀ? ਹਾਂਜੀ, ਅਤੇ ਹੁਣ ਜਿਹੜਾ ਨਹਾ ਛਾ ਕੇ ਨਿਕਲਣੇ। ਇੰਜੋਏ ਕਰ ਰਿਹਾ ਤੂੰ? ਬੜਾ। ਫਿਰ ਸਾਰੇ ਹੋ ਗਏ ਨਾ ਡੈਡੀ? ਸਾਰੇ ਹੋ ਗਏ। ਕੱਪੜੇ ਇਸਤਰੀ ਕਰਨ ਲਈ ਦਿੱਤੇ ਹਨ ਤੈਨੂੰ ਮੈਂ? ਉਹ ਥੱਲੇ ਵੀ ਇਸਤਰੀ ਹੋ ਗਈ। ਚੱਲ ਆਣ, ਕੱਪੜੇ ਮੇਰੇ ਜੀ, ਕੱਪੜੇ। ਰੁਕਣਾ ਇਧਰ, ਤੋਲੀਆ ਤੋਲੀਆ ਵਾਸ਼ਰੂਮ ਚ ਕੱਪੜੇ ਆ ਗਏ ਨੇ। ਹੁਣ ਮੈਂ ਨਹਾ ਕੇ ਤੇ ਲੈਟਸ ਸੀ ਨਹਾ ਕੇ ਤੇ ਰੈਡੀ ਸ਼ੈਡੀ ਹੋ ਗਿਆ ਤੁਹਾਡਾ ਭਰਾ। ਸਾਬਣ ਵੀ ਲਾਇਆ ਕਿ ਨਹੀਂ? ਸਾਬਣ ਲਾ ਲੱਗਾ ਤੇ ਹੈ ਨਹੀਂ, ਮੂੰਹ 'ਚ ਸਾਬਣ ਲੱਗਾ ਹੁੰਦਾ ਤੇ ਲੱਗਾ ਹੋਣਾ। ਬਾਬਾ ਜੀ ਪਾਣੀ ਨਾਲ ਲੱਜ ਜਾਂਦਾ। ਸਹੀ ਗੱਲ ਹੈ, ਮੈਂ ਸਾਬਣ ਲਾ ਕੇ ਸ਼ੈਂਪੂ ਲਾ ਕੇ ਨਹਾ ਕੇ ਡੈਡੀ ਛੱਡੀ ਹੋ ਕੇ ਆ ਗਿਆ। ਬੂਟ ਸ਼ੂਟ ਪਾਣੇ ਆਏ ਤੇ ਬੜਾ ਬੀਬਾ ਬੱਚਾ ਲੱਗਣ ਡਿਆ ਸੋਹਣਿਆ। ਬਾਕੀ ਹੁਣ ਬੂਟ ਸ਼ੂਟ ਪਾ ਕੇ ਵਾਲ ਸ਼ਾਲ ਵਾ ਕੇ ਡੈਡੀ ਛੱਡੀ ਹੋ ਕੇ ਤੇ ਫੇਰ ਨਿਕਲਨੇ ਆ ਇੱਥੋਂ। ਅੱਜ ਦਾ ਸਫ਼ਰ ਸਾਡਾ ਫੇਰ ਹੈ, ਥੋੜ੍ਹਾ ਲੰਮਾ ਬਾਬਲਪੁਰ ਜਾਣਾ, ਫਿਰ ਆਗੂ ਦੀ ਸੂਰ ਤਿਆਰ ਲਾਵਾਂਗੇ, ਜੀਪ ਰੈਲੀ 'ਚ ਵੀ ਜਾਣਾ ਹੈ ਜੀ। ਮੈਂ ਤੇ ਹੋ ਗਿਆ ਡੈਡੀ, ਬੂਟ ਸ਼ੂਟ ਵੀ ਪਾ ਲਏ ਨੇ, ਕੱਪੜੇ ਵੀ ਪਾ ਲਏ ਨੇ, ਵਾਲ ਸ਼ਾਲ ਵਾ ਲਏ ਨੇ। ਭਾਈ ਅਜ਼ਮਤ ਵੀ ਰੈਡੀ ਹੋ ਗਏ ਨੇ, ਵੇਖੋ ਮਾਸ਼ਾਅੱਲਾ ਅੱਜ ਬੜੇ ਪਿਆਰੇ ਲੱਗ ਰਹੇ ਹੋ। ਦੱਸੋ ਬਸ ਰੈਡੀ ਮੈਂ ਆਪ ਨੂੰ ਕਰ ਦਦਾ ਕਿ ਆ ਰਹੀ ਹੋ ਤੇ ਪਤਾ ਨਹੀਂ ਕੀ ਆ ਰਹੀ ਹੈ ਯਾਰ, ਕੀ ਕਰ ਤੇ ਰਹੀ ਤੂੰ ਡੈਡੀ? ਇਸ ਨੇ ਵੀ ਮੁਆਦ ਹੋਇਆ ਤੇ ਤੁਸੀਂ ਚਾਹ ਸਾਹਿਬ ਡੈਡੀ ਇਧਰ ਵੇਖੋ, ਬਾਬਾ ਲੇਟ ਰਹਿ ਗਿਆ। ਬਾਬਾ ਜੀ ਵੀਡੀਓ ਬਣਾ ਰਹਾ ਹਾਂ, ਲੋੜੀ ਵੀਡੀਓ ਨਾ ਬਣਾਓ, ਵੈਰਲ ਹੋ ਜਾਓਗੇ। ਅੱਜ ਹੋਰੀ ਵੀ ਰੈਡੀ ਹੋ ਰਹੇ, ਮੈਂ ਤਿਆਰ ਹੋ ਗਿਆ। ਹਾਂਜੀ ਹਾਂਜੀ ਮੈਂ ਹੋ ਗਿਆ, ਸ਼ੁਕਰ ਲਾਵਾਂ ਕੱਪੜੇ ਪਾਏ ਤੇ ਜਿਹੜਾ ਨਹੀਂ ਸਾਰੇ ਥੱਲੇ ਤੋੜ ਕੇ ਰੈਡੀ ਸ਼ੈਡੀ ਹੋ ਕੇ ਤੇ ਅਸੀਂ ਹੁਣ ਜਿਹੜਾ ਨਹੀਂ ਸਾਰਿਆਂ ਨੇ ਸਮਾਨ ਵਗੈਰਾ ਸਾਰਾ ਜਿਹੜਾ ਨਹੀਂ ਆਪਣਾ ਆਪਣਾ ਮੈਂ ਵੇਖੋ ਰੱਖ ਲਿਆ ਤੇ ਸਮਾਨ ਰੱਖ ਲਿਆ, ਹੁਣ ਬਸ ਨਿਕਲਣ ਦੀ ਦੇਰ ਹੀ ਆ ਗਈ। ਇਨਸ਼ਾਅੱਲਾ ਤੁਸੀਂ ਇੰਜੋਏ ਕਰੋਗੇ। ਕੌਣ ਹੈ? ਮਾਮੀ ਵੇਖਿਆ ਹੀ ਅੱਜ ਵੇਖਿਆ ਨਾ ਰਿਹਾ ਨਾ ਲਿਆ ਅੱਜ ਮੈਂ ਕਸਮ ਤੋੜ ਜਿਹੜੀ ਤੂੰ ਕਸਮ ਤੋੜ ਜਿਹੜੀ ਤੂੰ ਕੋਲ ਹੀ ਗਿਆ ਅੱਜ ਮੈਂ ਨਾ ਲਗਾ। ਹੋਰ ਤੂੰ ਨਹੀਂ ਨਾਤਾ? ਮੈਂ ਨਾ ਤਾਵਾਂ ਕਹਿ, ਮੈਂ ਉੱਥੇ ਜਾ ਕੇ ਨਾ ਨਾ ਉੱਥੇ ਪਾਣੀ ਸਹੀ ਹੁੰਦਾ। ਆਹ ਸ਼ਹਿਰ ਜਾ ਕੇ ਨਾ ਪਿੰਡਾਂ ਲੋਕ। ਓਕੇ ਆਹ ਭਾਈ ਹਮੇਸ਼ਾ ਖੁਸ਼ ਰਹੋ। ਇੰਨਾ ਕੁ ਫਾਲੇ ਨਾ ਮਾਸ਼ਾਅੱਲਾ, ਯਕੀਨ ਕਰੋ ਪਹਿਲੀ ਵਾਰੀ ਵੇਖਿਆ ਬੇੜੀਆਂ ਤੇ। ਪਰਸੋਂ ਰਾਤ ਨੂੰ ਤੇ ਕੱਲ੍ਹ ਅਸੀਂ ਰਹੇ ਹਾਂ ਜ਼ੇਬ ਦੇ ਦਾਦਾ ਜੀ ਦੇ ਪਿੰਡ ਤੇ ਅੱਜ ਜਿਹੜਾ ਨੇ ਇੱਥੋਂ ਵੀ ਅਸੀਂ ਨਿਕਲ ਜਾਣਾ। ਕਿਉਂ ਬਾਬਾ ਜੀ? ਯੈਸ ਆਫ ਕੋਰਸ ਯੂ ਆਰ ਰਾਈਟ। ਦਊ ਤੇ ਤੂੰ ਕਿੱਥੇ ਵੜ ਗਿਆ? ਆਪ ਤਾਂ ਨਹੀਂ ਗਿਆ ਕੰਨਿਆ ਜੀ ਵੇਖੀ ਦੇਰੀ ਲੱਭਦੇ ਵੇ ਲੱਭਦੇ ਨੇ ਲੱਭਦੇ ਨੇ ਪਹਿ ਲੱਭਦੇ ਨੇ ਲੱਭਦੇ ਵੀ ਨਹੀਂ। ਇੱਧਰ ਵੇ ਆਇਓ ਚਲੀਏ ਫਾਲਾ ਦੇ ਬੂਟਿਆਂ ਦਾ ਖਲਾ ਖਿਆਲ ਕਰ ਜਾ ਕਰ ਕਿਉਂ ਨਾਈ ਤੇ ਲੁ ਲਿਆ ਪੈਂਪਰ ਇੱਥੇ ਲਾ ਕੇ ਛੁੱਟ ਗਿਆ ਐਵੇਂ ਆਪਣੇ ਕੰਮ ਆਪਣੇ ਤੂੰ ਜਿਹੜਾ ਨਹੀਂ ਉਲਟਾਂਦਾ ਪਿਆ ਕੰਮ ਚਵਲਾਂ ਨਾ ਮਾਰਿਆ ਕਰ ਕਿਹੜੀਆਂ ਪੈਣ ਨਾ ਲਿਆ ਕਰ ਨਾ ਲਈ ਹਾਂ ਪੈਣ ਨਾ ਲੰਗੇ ਇਨਸ਼ਾਅੱਲਾ ਕੱਲ ਪਰਸੋਂ ਤੋਂ ਮਜ਼ੇਦਾਰ ਹੈ ਸ਼ਾਇਦ ਚੈੱਕ ਕਰੋ ਚੈੱਕ ਕਰ ਇਥੋਂ ਨਹੀਂ ਨਿਕਲਣ ਲੱਗਿਆ ਬਹਾਵਰਪੁਰ ਲਈ, ਇਥੋਂ ਮੈਂ 150 ਕਿਲੋਮੀਟਰ 3-4 ਘੰਟੇ ਲੱਗ ਜਾਣੇ ਨੇ ਸਾਨੂੰ ਇੱਥੋਂ ਸਾਡਾ ਸਫ਼ਰ ਹੋ ਗਿਆ ਜੀ ਸ਼ੁਰੂ।
ਹਾਸਲਪੁਰ ਪਹੁੰਚ ਗਏ ਆ ਇੱਥੇ ਪਹਿਲਾਂ ਕੁਝ ਖਾਣ ਪੀਣ ਦੀ ਤਿਆਰੀ ਕਰਨ ਲੱਗੇ ਹੁਣ ਇੱਥੋਂ ਕਰਾਂਗੇ ਲੰਚ ਤੇ ਫਿਰ ਅੱਗੇ ਨਿਕਲਾਂਗੇ ਸਫ਼ਰ ਅੱਗੇ ਜਾਰੀ ਕਰਾਂਗੇ ਹਾਸਲਪੁਰ ਰੁਕੇ ਜੇ ਇੱਥੇ ਖਾਣ ਲੱਗੇ ਆ ਬੰਨੂ ਬੀਫ ਪਲਾਓ ਖਾਣ ਬੰਨੂ ਬੀਫ ਪਲਾਓ ਖਾਣ ਓਏ ਹੋਏ ਅੱਡੇ ਭੁੱਖੇ ਹਾਂਜੀ ਅਸਲਾਮ ਅਲੈਕੁਮ ਟੇਬਲ ਤੇ ਆ ਕੇ ਅਸੀਂ ਬਹਿ ਗਏ ਹਾਂ ਤੁਹਾਨੂੰ ਮੈਨੇ ਕੀ ਆਉਂਦਾ ਖਾਣੇ ਤੁਹਾਨੂੰ ਮੈਂ ਖਾਣੇ म्यूट हो गई आवाज नहीं इतने मैं लाने मसला होटल वालों को चैनल के नाम लिख नेम लिख के दे रहे बीफ पुलाव आ गया नाल रहता है बीफ पुलाव हमारा आ गया चेक करें बीफ पुलाव का मजा आ गया सारे ने खा लिया तो हूँ जरा नहीं के भाव टेस्ट कर रहे चप्पल कबाब चप्पल कबाब ਹਾਂ ਵੀ ਕਿਤੇ ਹੁਣ ਜਰਾ ਨਹੀਂ ਨਿਕਲਣ ਲੱਗੇ ਆ ਸਫੜ ਆਪਣੇ ਜਵਾਨਾ ਹੋ ਆਪਣੇ ਬਸਤੇ ਤੇਰਾ ਰੋਲ ਹੀ ਲੈਂਦਾ ਤੂੰ ਉਤਰ ਜਾ ਤੇਰੇ ਦਿਲ ਨੂੰ ਕਬਰ ਰੱਖ काफी ज्यादा सफर करने तो बाद हूं जरा नहीं पेट्रोल पवान लगे गल ना करो यार चाहे सफर हो रही तेल तो आ रहे ਬਾਵਲਪੁਰ ਅਸੀਂ ਪਹੁੰਚ ਗਏ ਜੀ ਲਾ ਗਏ ਯਾਰ ਸਹੀ ਗੱਲ ਬਾਵਲਪੁਰ ਅਸੀਂ ਪਹੁੰਚ ਗਏ ਤੇ ਫ੍ਰੈਂਡਲੀ ਬਾਵਲਪੁਰ ਅਸੀਂ ਪਹੁੰਚ ਗਏ ਜੀ ਬੋਤਲ ਐ ਪਬਜੀ ਖੇਡਦਾ ਹੁੰਦਾ ਹੈ ਮੇਰੇ ਨਾਲ ਹਾਂ ਐਕਸਰਸਾਈਜ਼ ਬੜੀ ਕਰਨਾ ਹੋਰ ਫੇਟੋ ਜੀ ਠੀਕ ਠਾਕ ਤੇ ਬੈਠੇ ਆ ਤੇ ਇੱਥੇ ਪਾਣੀ ਛਾਣੀ ਨਾਲ ਨਿੰਮ ਕੋਸ਼ਿਮ ਕੋ ਆ ਗਈ ਹੈ ਹਲੋ ਬਿਸਮਿਲਲਾ ਐ ਕੀ ਹੈ ਸਾਮ ਮੈਂ ਆਪਣੀ ਵੀਡੀਓ ਬਣਾਉਣੀ ਹੈ ਸੇਮ ਤੇ ਤੇਰੇ ਚ ਤੇ ਇਹਦੇ ਚ ਕੋਈ ਫਰਕ ਨਹੀਂ ਵੇਖ ਲ ਕੋਈ ਫਰਕ ਨਹੀਂ ਇਹਨਾਂ ਦੋਵਾਂ ਚ ਨਹੀਂ ਹੈਗਾ ਮੈਂ ਬੋਤਾ ਇਹਨੇ ਕੱਪੜੇ ਪਾਏ ਨੇ ਉਹਨੂੰ ਵੀ ਪਵਾ ਦਿੰਦੇ ਆਂ ਇੰਦੇ ਬਿਸਮਿਲ੍ਲਾ ਰਹਿਮਾਨੀ ਰਹਿਮ ਨਾ ਇਹਨੇ ਸਮੋਸੇ ਨਾਲ ਚਟਨੀ ਐ ਹੁਣ ਖਾਣੇ ਤੇ ਮਜ਼ੇ ਲੈਣੇ ਤੁਸੀਂ ਵੀ ਖਾਓ ਤਸੀਆਂ ਲਗਾਵਾਂ ਨਾ ਵੇਖ ਕਿਵੇਂ ਸਮੋਸੇ ਲੱਗਦੇ ਨੇ ਸਾਨੂੰ ਪਤਾ ਤੁਹਾਨੂੰ ਦਿਲ ਕਰ ਰਿਹਾ ਦਿਲ ਕਰ ਰਿਹਾ ਸੀ ਦਿਲ ਖਾਓ ਖਾਓ ਬੈਠ ਕੇ ਉੜੇ ਸਮੋਸੇ ਵੇਖ ਕੇ ਕਿਤੇ ਕਿਤੇ ਮੂੰਹ 'ਚ ਪਾਣੀ ਆਇਆ ਲੱਗੇ ਹੋ ਕਿਤੇ ਰਿਪੋਰਟਰ ਨੂੰ ਲਾ ਦੇ ਵੀ ਕੰਮੇ ਦੇ काफी देर अंदर बहन तो बाहर जरा हूँ बाहर निकले हैं मैं हमजा ते भाई अजमत जहेब जो है ना अपने कैरी डब्बे की रखवाली कर रहा है जहेब साहब क्या हो गया था हाँ मुझे बड़ो नाराज है किधर की प्लानिंग है किरण तुरंत दी आए बहावलपुर में पहली बार आया फिर ना तुरने बहावलपुर पहली बार आया हूं मेहरबानी करके ना नहीं पहला ना मैं ना आ गया ना तू ही नहीं नाते तू बाबा मैं तू जड़े आया ना बता ना अच्छा सा ना साड़ ले आ जे हुन 14 बड़ो जेड़ा नहीं गवाच गया है भाई अजमत का हुन सारे जमा होए ने चले ने पार्क किरण तुरंत भाई हां जी आवाज आई एम हां मेरे ना पबजी खेलता हुंदा आज सेव दे नाल ऐड हुंदा ਦੌੜ ਨਹੀਂ ਇਹ ਪਬਜੀ ਖੇਡਦਾ ਵੱਡਾ ਹੋਏਗਾ ਇਹਨੂੰ ਵੀ ਖਿਡਾਵਾਂ ਕਰਾਂਗੇ ਤੇਰੇ ਨਾਲ ਮੈਂ ਖੇਡਣ ਲੱਗ ਪਈ ਹਾਂ ਸਾਰੇ ਜਿਹੜਾ ਨਹੀਂ ਰੈਡੀ ਹੋ ਗਏ ਜੀ ਸਾਰੇ ਜਮਾ ਹੋ ਗਏ ਨੇ ਹੁਣ ਅਸੀਂ ਚੱਲੇ ਆ ਪਾਰਕ ਫਿਰਨ ਤੁਰਨ ਨਾਲੇ ਸ਼ੁਗਰ ਮੇਲਾ ਲਾਣ ਕਿਉਂ ਬਾਬਾ ਜੀ 3 ਕਿਲੋਮੀਟਰ ਦੀ ਗੱਲ ਕਾਦਾ ਹੁਣ ਤੇ ਜਾ ਕੇ ਗੇਮਾਂ ਗੁਮਾਂ ਖੇਡਨੇ ਪਾਰਕ ਚੱਲੇ ਹੁਣ ਚੱਲੇ ਆਹੀ ਪਾਰਕ ਜਿਹਨਾਂ ਨੇ ਫਿਰਨ ਤੁਰਨ ਗੇਮ ਗੁਮ ਖੇਲਣ ਲਗਾਉਣ ਵਾਸਤੇ ਬਹਾਵਲਪੁਰ ਜਿਹੜਾ ਨਹੀਂ ਸ਼ਹਿਰ ਫੇਰ ਰਹੇ ਆ ਫਵਾਰਾ ਚੌਂਕ ਫਵਾਰਾ ਚੌਂਕ मेरे तरह पहली बार आया
ਤੁਸੀਂ ਪਾ ਪਾ ਕੇ ਪਹਿਲੀ ਵਾਰੀ ਆਏ ਹਾਂ ਹਾਂਜੀ ਮੈਂ ਪਹਿਲੀ ਵਾਰੀ ਜਿਹੜਾ ਨਹੀਂ ਬਹਾਵਲਪੁਰ ਵੀ ਮੈਂ ਪਹਿਲੀ ਵਾਰੀ ਆਇਆ ਤੇ ਆਸ ਪਾਰਕ ਚ ਵੀ ਪਹਿਲੀ ਵਾਰੀ ਆਇਆ ਮੈਂ ਪਾਰਕ ਇੱਥੇ ਪਾਰਕ ਚ ਨਹੀਂ ਗਿਆ ਪਹਿਲੇ ਪਾਰਕ ਨਾ ਕੋਈ ਚਿੜੀਆ ਘਰ ਚ ਗਿਆ ਅੱਛਾ ਹਾਂਜੀ ਪੂਰੀ ਟੀਮ ਜੀ ਜਿੰਨੇ ਜਾਣਾ ਪਾਰਕ ਫਿਰਨ ਤੁਰਨ ਇਹ ਵੀ ਪਬਜੀ ਪਲੇਅਰ ਵੀ ਨਾਲ ਹੀ ਬਾਬਾ ਇਹ ਦੂਸਰੀ ਟੀਮ ਵੱਲ ਹੁੰਦੇ ਪਿਆ ਉਹਨਾਂ ਦੀ ਟੀੜੀ ਬਾਬਾ ਉਹ ਤਾਂ ਓਏ ਮੈਂ ਪਾਰਕ ਵੱਲ ਨੂੰ ਅਸੀਂ ਜਾਣ ਲੱਗ ਪਏ ਜੀ ਟਿਕਟਾਂ ਲੈ ਲਈਆਂ ਉਹਦੇ ਭਾਈ ਅਜ਼ਮਤ ਭਾਈ ਅਜ਼ਮਤ ਟਿਕਟਾਂ ਨਹੀਂ ਲੀਆਂ ਅੱਗੇ ਅੱਗੇ ਰਵੋ ਮੇਰੀ ਟਿਕਟ इधर कहां खड़े हो पार्क चेक करो जी चेक करो जी जेड़ा जेड़ा नहीं ना इधर आइयो करो जी ओए होए 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 नजारे चेक करो ऐ चेक करो ओए होए उदू तक खलो खलो के हूं चले मैं पहली बारी आया पार्क जाके एडी वड्डी पार्क भी पहली बारी आया मैं जो गेम जिदा चैलेंज होया ट्राई वास्ते नहीं देख तू थोड़ा ट्राई वास्ते भी होना कुछ तरह तरह गेम चेक करो ना ओ गेम जिदे वास्ते अस इत्थे आए सारे एक जगह इकट्ठे हो जाते ने जिथे हुण असीं सिक्के उधर चाहे सदागर भाई मुबारक चाहे सबर ते भाई अजमत ते फौजी नपैर ते दाऊद भी हाडे आले ते उन्हां दे कोल टीम ने तुहानू दस दित्ती पहली वारी साडी टीम दी जेब चेक किया करा हर वेखी बाबा मैं दो प्लेयर मैच जेब ने मारी कर लई है जरा नहीं हाड़ा स्कोर हो जाए उन्नी आ बाबा इज्जत रख लई ओए 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 चल किन्ना स्कोर होया आडा
बारी ला गे हूं जी गेम तो लावा दो एक झूंगा मूंगा दे हर दूसरी टीम का शुरू हो गया जरा काम दोस्ती रोला पाया चाहे सुधाकर ने हूं मेने चलो जी ए मस्ती च लगे हाँ भाई अजमत चलो भाई अजमत मशीन खराब बुढ़े जवाना को जित गया जी तू बिस्त कराया तेरे तो उम्मीद ही मैनू मशीन टूट जा बाबे बिस्त करा रहे दोबारा है जितना चाचू साहब आए जी खैर चाचू साहब साढ़े ना भी हां जी हो एक बारी फिर मुकाबला होएगा ही एक बारी बुढ़िया का दिल बताया दिल रखने की बात अच्छी है पहली बारी तो मेरा जरा स्कोर थोड़ा ही ऐर की चेक करियो तानू स्कोर फाना ऐर की हराया ना तो बहुत लड़ाई होनी है बुढ़िया की इज्जत रख ली हां हुन गल ते आ मार जांदी है हां गल आ मार जांदी ऐर की चेक करने हैं पहला ऐर की बारी उन्हां नु पहला दी थी पहला स्टार जी ओरे ओए खैर अरे बजा खैर तो मत आए जी भाई अजमत बारह नहीं करोगे साढ़े तो दो बनाए हैं इन्हें भी दो बनाए तो की थी तो भी दो ने फिर चाचू साहब आए अच्छा जी तुम एक जीत गए बुढ़ा समझ के जिताया हूं जी जीत चाचू साहब चल चल की टारगेट है बवंजा बवंजा टारगेट है जी पंजा जने का इंशाल्लाह जीता गे नहीं कराना आया और शहजादा साड़ी
मेरा वाकई साइड भाई मेनू तेरे ते फखर है भी चाहिए मेरा जरा नी साइड ते बजा ही आया मैं तुहानू जरा ट्राई करके दोबारा इथो मैं आया सिक्के लैन सिक्के मैं लेने एक बाबे दी ताई कापी साढ़े दोवां दा जरा नी साइड ते बजा ही ते ट्राई करन लगे आ जा चल मेरा सिक्का जाया करना सिक्का ना मेरा जाया है चल कॉम्पीटिशन कर एक सिक्का मेरे को रह गया 100 दे 4 ले हन दो एक बाबे दे ता ही ते हुन बाबा उधर हुन मैं ते बाबा लान लगे आ मैंने एक दा सिद्धा ले आवे तेनु आ हमदा सिद्धू हां ले आ सिक्का चल भाई बाइक ने 20 के रिकॉर्ड बनाई लिया चल वीडियो बनाना मेरा तेरा तक गया जी एक हथ ना मारो एक हथ ना एक हथ ना क्योंकि लेवल नहीं ना जोड़ नहीं बनिया एक हथ ना नहीं एक हथ ना खड़ते
चलो लास्ट दो सिक्के ने जेड़े मेरे को डह गए ने आ चेक करो मन लगे मुकाम मैं हमजा ते ज़ेब मुकाबला ही है फिर चलो मुकाबला ना चलो कोई टोन बजो चलो ਮੈਨੂੰ ਤੂੰ ਜਾਂਚ ਨਹੀਂ ਦੱਸੀ ਕਰਨਾ ਬੱਬਰ ਸ਼ੇਰਾ ਬੱਬਰ ਸ਼ੇਰ 500 ਜੋੜਾ ਇੱਕ ਨੰਬਰ ਵਾਲਾ ਸਾਨੂੰ ਗੱਲਾਂ ਸੁਣਾਉਂਦਾ ਹੀ ਆ ਪਿਆ ਇੱਕ ਵਾਧੇ ਆ ਨਾ ਚਲੋ 500 ਤੱਕ ਵੀ ਨਹੀਂ ਜਾ ਮੇਰਾ 450 ਤੱਕ ਆ 1511 ਥੋੜਾ ਹੀ ਫਰਕ ਸਾਰੀਆਂ ਗੇਮਾਂ ਜਿਹੜੀਆਂ ਇੱਧਰ ਹੈ ਨੇ ਜਵਾਨਾਂ ਵਾਲੀਆਂ ਉਹ ਖੇਡ ਲਈਆਂ ਨੇ ਜਿਹੜੇ ਸਾਡੇ ਟਾਪ ਦੇ ਪਲੇਅਰ ਨੇ ਨਾ ਤਾਂ ਜੀ ਹੋਰਾਂ ਨੇ ਮਾਰਿਆ ਆ ਕਿੰਨਾ ਗੇਮਾਂ ਦੇ ਵਿੱਚ ਜਿਹੜਾ ਨੇ ਇੱਕ 'ਚ 2020 ਇਹਦੇ 'ਚ 123 ਇਹਦੇ 'ਚ ਉਹ ਮੁੱਕੇ ਵਾਲੇ 'ਚ 1500 ਤੇ ਮੇਰੇ ਖਿਆਲ 'ਚ 45-40 ਸਾਡੇ ਟਾਪ ਦੇ ਪਲੇਅਰ ਤਾਂ ਆ ਗਏ ਜਿਹੜਾ ਨੇ ਮੈਂ ਤਕਰੀਬਨ 15-16 ਸਿੱਕੇ ਲੈ ਲੈਣੇ 5 ਹੋਰ ਲੈਣੇ ਆ ਜਾਈਏ ਸਿੱਕੇ ਉਹ ਤੂੰ ਕੀ ਗੱਲਾਂ ਤੋਂ ਆਹੀ ਤੇ ਤੁਰ ਚੱਲੇ ਹਾਂ ਕਵਾਚ ਨਹੀਂ ਕਾਫੀ ਜ਼ਿਆਦਾ ਦੇਰ ਖੇਡਣ ਤੋਂ ਬਾਅਦ ਜਿਹੜਾ ਨਹੀਂ ਹੁਣ ਅਸੀਂ ਇੱਥੋਂ ਨਿਕਲਣ ਲੱਗੇ ਜੇ ਸਾਰੇ ਜਿਹੜੇ ਖੇਲਣੇ ਨਾ ਨੌਜਵਾਨਾਂ ਵਾਲੇ ਉਹ ਅਸੀਂ ਖੇਲੇ ਪੈ ਗਿਆ ਚੰਨ ਨਿਕਲ ਆਇਆ ਵੇਖੋ ਬੜੀਆਂ ਗੇਮਾਂ ਖੇਡੀਆਂ ਨੇ ਇੱਕ ਵਾਰੀ ਮੇਰਾ 13 ਤੱਕ ਉਹਦੇ 'ਚ ਗਿਆ ਸੀ ਹੋਰ ਵੀ ਬੜੀਆਂ ਖੇਡੀਆਂ ਨੇ ਮੈਂ ਵੀਡੀਓ ਨਹੀਂ ਬਣਾਈ ਬੈਟਰੀ ਥੋੜ੍ਹੀ ਸੀ ਬਾਕੀ ਫਿਰ ਵੀ ਤੁਸੀਂ ਇੰਜੋਏ ਕੀਤਾ ਹੋਣਾ ਵੇਖੋ ਚੰਨ ਪਤਾ ਨੀ ਕੀ ਹਿਸਾਬ ਕਿਤਾਬ ਜੇ ਤੁਹਾਨੂੰ ਬਹਾਨੇ ਆ ਅਸੀਂ ਵੀ ਮੈਂ ਪਹਿਲੀ ਵਾਰੀ ਵੇਖਾਂਗੇ ਤੁਸੀਂ ਵੇਖ ਲਿਓ ਜਿਹਨੇ ਜਿਹਨੇ ਨਹੀਂ ਵੇਖਿਆ ਜਿਹਨੇ ਵੇਖਿਆ ਉਹਨੇ ਵੇਖਿਆ ਹੋਏਗਾ ਕਿਹੜਾ ਘੂੜਾ ਸੀ ਬਾਬਾ ਕੀ ਨਾਮ ਪੜਿਆ ਸ਼ੁਗਲ ਮੇਲਾ ਉੱਤੇ ਜੀ ਚਲੋ ਕੁਛ ਹੋਏਗਾ ਤੇ ਬਹਿਾਂਗੇ ਬਾਬਾ ਤੇ ਉਹ ਬਾਬਾ ਕੌਣ ਸਿੱਧੂ ਕੌਣ ਹਮਜ਼ਾ ਸਿੱਧੂ ਬਾਬਾ ਜੀ ਅੱਜ ਤੂੰ ਸਾਡੇ ਬੰਦੇ ਮੰਨ ਗਏ ਨੇ ਜੀ ਬੰਦੇ ਮੰਨ ਗਏ ਨੇ ਕਿ ਖਲੋ ਕੇ ਤੁਸੀਂ ਚਲੋ ਚਲੋ ਚਸਦਾ ਗਲੀ ਸਾਹ ਤੇਰਾ ਬਾਸੀ ਲੱਗਣੀ ਆ ਵੇਖ ਲੈ ਚਲੋ ਜੀ ਕਰਮ ਕਰ ਯਾ ਅੱਲਾ ਇਜ਼ਤਾ ਰੱਖੀ ਇਜ਼ਤਾ ਕੰਮ ਮੇਰੇ ਕੋਲ ਵੀ ਤਾਂ ਬੋਲਿਆ ਜਾਂਦਾ ਯਾਰ ਮੇਰੇ ਅੱਛਾ ਚਲਾ ਵੀ ਦੋ ਸੋਨੇ ਹੋ ਕੋਈ ਮਸਲਾ ਨਹੀਂ ਯਾਰ ਨਹੀਂ ਡਿੱਗਦੇ ਉਹ ਆਂਦੇ ਨੇ ਬਖ ਖਲੋ ਕੇ ਲੋ ਨੇ ਤਾਂ ਜਿਹੜਾ ਨਹੀਂ ਲੱਤ ਬਾਂਹ ਟੁੱਟ ਸਕਦੀ ਸਹੀ ਆਂਦੇ ਨੇ ਪਿਓ ਜੀ ਆਂਦੇ ਤੇ ਉਹ ਵੀ ਸਹੀ ਨੇ ਬਈ ਐਂ ਜੇ ਖਲੋ ਕੇ ਜੇ ਕੋ ਸੱਟ ਲੱਗ ਗਈ ਤੇ
ਅੰਦੇ ਨੇ ਪਿਆ ਲੋ ਹੀ ਨਹੀਂ ਜਿਹੜਾ ਨੇ ਜੀ ਮੰਨ ਗਏ ਜੀ ਬੜੀ ਮੁਸ਼ਕਲ ਬਣਾਇਆ ਅੱਜ ਦੀ ਉਹ ਕੀ ਬਾਤ ਹੈ ਉਹਨਾਂ ਨੇ ਜਾਣ ਕੇ ਤੇਜ਼ ਚਲਾਣੀ ਭਾਵੇਂ ਤੇਜ਼ ਹੀ ਚਲਾਣ ਪਰ ਤੁਹਾਡੀ ਗੱਲ ਹੈ ਮੰਨ ਗਏ ਸਾਈਡ ਤੇ ਥੋੜਾ ਥੋੜਾ ਸਾਈਡ ਤੇ ਬਾਰ ਬਾਰ ਓਏ ਹੱਥ ਜੋੜ ਕੇ ਅਸੀਂ ਦੇਖੋ ਓਏ ਪਤਾ ਕੀ ਹੈ ਲੇਡੀ ਸੈਂਟਰ ਦਾ ਓਏ ਓਏ कैमरा पीएल दा जगह चाचा सारे एक दूजे नु फड़ लिया जी मैं डिग पिया सारे ने एक बंदे नु फड़ लिया सारे डेग के उठन गए झूठी गल कोई भी नहीं ओ मैं ये वाकई कैमरा पीएल का क्या नहीं हिलते सारे डेग के उठते हैं मैं एक बारी सारे दो दो तीन तीन आरी डेग के उठे मैं बस एक आरी डेग के उठे मतलब दूसरे तो मैं वहां दूजे तो मैं बाकी शुगल बड़ा लगा बाकी सारे डेग के उठ पेंदे हन ते मैं एक करी डेग के उठ हसा गई है यकीन करो तुसीं भी इंजॉय कीता होना फुल इंजॉय किया जरा बैटरी हूं जरा छे फीसद रह गई है बाकी होर कोई एक दो क्लिप लाएंगे उम्मीद है कि तुम इंजॉय किया होगा ब्लॉग हूं जरा नी फाइनली इथू निकलन लगे जे बैटरी जरा नी बिलकुल सुबह दे वीडियो बना लिया इस वास्ते हूं जरा नी व्लॉग एंड हो गया बाकी जाके बनावांगे चार्ज करके सारे आ गए जे ते हुन जरा निकलन लगे फिर तुर के ते हुन वापस आ गए जे मैं आ गया ब्लॉग बना ले जे थोड़ा जिहा 2 फीसद बैटरी ही मुक जानी ओए मावी दी बैटरी फोड़ दी ते मुक गई है ते फिर की है बन गया ब्लॉग सारा ब्लॉग बनाते हो आप हां चैनल नेम क्या है आपका मावी पेंडू मावी पेंडू सब्सक्राइब लाजमी करना YouTube पे हां जी सही यार आपका क्या व्यू देखना बड़ा मजा आया उम्मीद है कि तुम भी इंजॉय किया होगा अं भी इंजॉय किया हूं जल्दी जल्दी जाके बैटरी चार्ज करिए बैटरी बिलकुल उतो आके डिनर शिनर करके बैटरी थोड़ी मोबाइल की बैटरी चार्ज करके हूं जरा नहीं सुन लगे जी उम्मीद है कि लोग तुम्हें बहुत पसंद आएगा लोग पसंद आया तो लाइक करो कमेंट करो शेयर करो अपने दोस्तों ना सबसक्राइब करना नहीं भूलना सबसक्राइब लाजमी करना ते हूँ मिलेंगे नेक्स्ट व्लॉग तब तक के लिए अल्लाह हाफिज़।